ਪਤਾ ਨਹੀਂ ਸੀ ਮੇਰੇ ਬਾਰੇ ਕਿ ਮੈਂ ਕੀ ਚਾਹੁੰਦਾ, ਜਦੋਂ ਮੈਨੂੰ ਦੱਸਿਆ ਨਹੀਂ ਸੀ। ਮੈਂ ਇੱਕ ਚਿੱਠੀ 'ਤੇ ਲਿਖ ਕੇ ਦਿੱਤਾ ਸੀ ਪੰਜਾਬੀ 'ਚ, ਕਿਉਂਕਿ ਮੈਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ ਸੀ। ਅਤੇ ਉਹ ਚਿੱਠੀ ਜਿਹੜੀ ਹੈ ਨਾ, ਉਹਨੇ ਹਾਲੇ ਵੀ ਸਮਝੀ ਹੋਈ ਹੈ। ਚਿੱਠੀ 'ਚ ਲਿਖਿਆ ਸੀ ਜਿਹੜੀ ਦਿਲ ਦੀ ਗੱਲ ਹੁੰਦੀ ਹੈ ਉਹ ਲਿਖੀ ਸੀ, ਉਹ ਚਿੱਠੀ ਅਭੀ ਵੀ ਹੈ। I just may have some story to cover it that this was something else and some bullshit, I don't know, to be honest. Then nothing, then finally, you know, we shared a moment.